सरपंचों द्वारा लाखों करोड़ों रुपए का लालच देकर सरपंच बनाने को लेकर प्रशासन को दिया गया मांग पत्र और ऐसे ही बनी पंचायत को रद्द करने की मांग। ये बूढ़िया इलाके हैं तो फिर पंचायती राज केड़ा रह गया, ये तो फिर पंचायतां बूढ़ी से चढ़िया और बिकिया है। इस करके असं ये चाहते कि ये एक भ्रिष्टाचार का दूजा ना है तो इनू बंद किया जाए तो सरकार ये उत्ते बनती कार्रवाई करे। तो हूँ इन्हों की ईडी कितने आ तो हूँ CBI कितने तो कल जो यो हार रहा तो फिर चीफ मिनिस्टर भी बिकूगा तो प्राइम मिनिस्टर भी बिकूगा। ਪਰ ਉਹ ਜਿਹੜਾ ਪੈਸਾ ਆ ਉਹਨਾਂ ਦਾ ਕਹਿਣਾ ਵੀ ਅਸੀਂ ਪਿੰਡ ਦੇ ਵਿਕਾਸ ਲਈ ਜਿਹੜਾ ਲਗਾਉਣਾ, ਜੇ ਵਿਕਾਸ ਲਈ ਲਾਉਣਾ ਤਾਂ ਪਹਿਲਾਂ ਉਹ ਕਿਉਂ ਲਾਉਂਦੇ ਆ, ਪਹਿਲਾਂ ਹੁਣ ਕਿਉਂ ਬੋਲੀ ਲਾਈ ਉਹਨੂੰ, ਉਹ ਬਣ ਕੇ ਸਰਬਸੰਮਤੀ ਨਾਲ ਉਹ ਬਣ ਕੇ ਬਾਅਦ 'ਚ ਲਾ ਦਿੰਦੇ ਤਾਂ ਉਹਨਾਂ 'ਤੇ ਐਲੀਗੇਸ਼ਨ ਨਹੀਂ ਲੱਗਣਾ। ਲੋਕਾਂ ਨੇ ਕਹਿਣਾ ਸੀ ਵੀ ਬਹੁਤ ਵਧੀਆ ਕੰਮ ਕੀਤਾ, ਅੱਜ ਤਾਂ ਉਹ ਪਿੰਡ ਨੂੰ ਖਰੀਦਦੇ ਆ ਔਰ ਕਿਸੇ ਬੰਦੇ ਦੀ, ਇਹ ਤਾਂ ਹੁਣ ਆਬਾਦੀ ਦੇ ਹਿਸਾਬ ਨਾਲ ਆ, 5 ਸਾਲਾਂ ਦੇ ਲਈ ਇੱਕ ਇੱਕ ਬੰਦੇ ਦੀ ਮੇਰਾ ਖਿਆਲ ਹੈ 400-400 ਰੁਪਈਆ ਕੀਮਤ ਨਹੀਂ ਪੈਣੀ। ਅਹੁਦੇਦਾਰੀ ਚੋਣ ਕਮਿਸ਼ਨ ਜਿਹੜੇ ਪੰਜਾਬ ਦੇ ਆ ਉਹਨਾਂ ਨੂੰ ਕਿਹੀ ਆ ਇਹ ਪਿੰਡਾਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਚੋਣ ਹੋ ਰਹੀਆਂ ਉਹ ਬੋਲੀ ਦੇ ਆਧਾਰ ਦੇ ਉੱਤੇ ਜਿਹੜੀ ਪ੍ਰਵਿਰਤੀ ਸ਼ੁਰੂ ਹੋਈ ਆ ਉਹ ਬਹੁਤ ਹੀ ਲੋਕਤੰਤਰ ਲਈ ਘਾਤਕ ਆ ਔਰ ਇਹ ਭ੍ਰਿਸ਼ਟਾਚਾਰ ਦਾ ਦੂਜਾ ਰੂਪ ਆ ਜਿਹੜਾ ਕਿ ਸਰਕਾਰ ਦੁਆਰਾ ਪੈਦਾ ਕੀਤਾ ਜਾ ਰਿਹਾ ਔਰ ਜਿਹੜੇ ਚੋਣ ਕਮਿਸ਼ਨ ਆ ਉਹਨਾਂ ਨੂੰ ਸਖਤੀ ਦੇ ਨਾਲ ਇਸ ਚੀਜ਼ ਬਾਰੇ ਗੱਲ ਕਰਨੀ ਚਾਹੀਦੀ ਆ। ਇਹ ਬਾਰੇ ਪ੍ਰਤੀਕਿਰਿਆ ਵੀ ਉਹਨਾਂ ਨੂੰ ਆਪਣੀ ਦੇਣੀ ਚਾਹੀਦੀ ਹੈ, ਇਸ ਚੀਜ਼ ਨੂੰ ਰੋਕਣਾ ਚਾਹੀਦਾ। ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜਿਹੜੀਆਂ ਪੰਚਾਇਤਾਂ ਔਰ ਬੋਲੀ ਦੇ ਆਧਾਰ 'ਤੇ ਬਣ ਰਹੀਆਂ ਜਾਂ ਪੈਸੇ ਦੇ ਜ਼ੋਰ ਨਾਲ ਬਣ ਰਹੀਆਂ, ਕੋਈ ਕਹਿੰਦਾ ਮੈਂ ਟਿਊਬਵੈੱਲ ਲਵਾ ਦੂੰਗਾ, ਕੋਈ ਕਹਿੰਦਾ ਮੈਂ ਆਹ ਥੜਾ ਬਣਾ ਦੂੰਗਾ, ਮੈਂ 1,00,000 ਪਿੰਡ 'ਚ ਖਰਚ ਦੂੰਗਾ, ਮੈਨੂੰ ਸਰਪੰਚ ਬਣਾ ਦਿਓ, ਇਹ ਭ੍ਰਿਸ਼ਟਾਚਾਰ ਸਿੱਧਾ ਹੀ ਸਿੱਧਾ ਕਰਪਸ਼ਨ ਆ ਔਰ ਸੋਰਸ ਆਫ ਕਰਪਸ਼ਨ ਆ ਔਰ ਇਹ ਸਰਕਾਰ ਦੁਆਰਾ ਕੰਟਰੋਲ ਕਰਨੀ ਚਾਹੀਦੀ ਹੈ। ਸਰਕਾਰ ਨੂੰ ਇਸ ਚੀਜ਼ ਨੂੰ ਪ੍ਰਮੋਟ ਹੋਣ ਤੋਂ ਰੋਕਣਾ ਚਾਹੀਦਾ। ਹੁਣ ਜਿਸ ਤਰ੍ਹਾਂ ਗੁਰਦਾਸਪੁਰ ਦੇ ਵਿੱਚ ਇੱਕ ਪਤਾ ਲੱਗਾ ਵੀ 2 ਕਰੋੜ ਰੁਪਈਆ ਇੱਕ ਪੰਚਾਇਤ ਜਿਹੜੀ ਆ ਉਹਦੀ ਬੋਲੀ ਲੱਗੀ ਆ, ਇਹ ਬੜੀ ਮਾੜੀ ਗੱਲ ਹੈ। ਲੋਕਤੰਤਰ ਲਈ ਸਭ ਤੋਂ ਵੱਡਾ ਰਿਸਕ ਆ ਔਰ ਲੋਕਤੰਤਰ ਲਈ ਔਰ ਇਹ ਨੁਕਸਾਨਦਾਇਕ ਆ ਔਰ ਫਿਊਚਰ ਦੇ ਵਿੱਚ ਜਿਹੜੀਆਂ ਲੋਕਤੰਤਰ ਮਰਿਆਦਾ ਆ, ਜਿਹੜਾ ਮੋਰਲ ਆਫ ਡੈਮੋਕ੍ਰੇਸੀ ਆ, ਉਹ ਇਹ ਸਰਕਾਰ ਉਸ ਚੀਜ਼ ਬਾਰੇ ਵਿਚਾਰੇ। ਸਾਨੂੰ ਮੋਰਲ ਦਾ ਜਿਹੜਾ ਸਟੈਂਡਰਡ ਆ ਉਹ ਡਿਵੈਲਪ ਕਰਨਾ ਚਾਹੀਦਾ, ਨਾ ਕਿ ਜਿਹੜਾ ਡੈਮੋਕ੍ਰੇਸੀ ਆ ਉਹਨੂੰ ਖਤਮ ਕਰਨਾ ਚਾਹੀਦਾ। ਜੇ ਅਨਡੈਮੋਕ੍ਰੇਟਿਕ ਬੇਨਾ ਪੰਚਾਇਤਾਂ ਚੋਣ ਹੁੰਦੀਆਂ ਰਹੀਆਂ, ਜਦੋਂ ਕਿ ਜਿਹੜਾ ਪੰਚਾਇਤੀ ਰਾਜ ਆ ਇਹ ਸਾਡੇ ਲੋਕਤੰਤਰ ਦਾ ਸਭ ਤੋਂ ਵੱਡਾ ਇੱਕ ਬੇਸ ਆ, ਸਟਾਰਟੀ ਲੋਕਤੰਤਰ ਜਿਹੜਾ ਇੱਥੋਂ ਹੁੰਦਾ, ਅਤੇ ਸਰਕਾਰ ਨੂੰ ਪ੍ਰੋਪਰ ਧਿਆਨ ਦੇਣਾ ਚਾਹੀਦਾ। ਜੇ ਗਵਰਨਮੈਂਟ ਨੇ ਧਿਆਨ ਨਾ ਦਿੱਤਾ ਤਾਂ ਸਰਕਾਰ ਇਸ ਵਿਨਾਸ਼ ਲਈ ਨੁਕਸਾਨਦਾਇਕ ਲਈ ਜ਼ਿੰਮੇਵਾਰ ਹੋਏਗੀ, ਕਿਉਂਕਿ ਗਵਰਨਮੈਂਟ ਦੇ ਕੋਲ ਹਰ ਨਿਊਜ਼ ਪਹੁੰਚਦੀ ਹੈ, ਇੰਟੈਲੀਜੈਂਸੀ ਵਾਲੇ ਚੋਣ ਕਮਿਸ਼ਨ ਦੀ ਹੈ, ਚੋਣ ਕਮਿਸ਼ਨ ਵੀ ਕੋਈ ਕਾਰਵਾਈ ਨਹੀਂ ਕਰ ਰਿਹਾ। ਚੋਣ ਕਮਿਸ਼ਨ ਦੀ ਜਿਹੜੀ ਚੁੱਪੀ ਆ ਉਹ ਵੀ ਬੜੀ ਨੁਕਸਾਨਦਾਇਕ ਆ। ਚੋਣ ਕਮਿਸ਼ਨ ਨੂੰ, ਚੋਣ ਕਮਿਸ਼ਨ ਤਾਂ ਇੱਕ ਕੌਂਸਟੀਟਿਊਸ਼ਨਲ ਬੋਡੀ ਆ ਅਤੇ ਚੋਣ ਕਮਿਸ਼ਨ ਨੂੰ ਇੰਡੀਪੈਂਡੈਂਟ ਲਈ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ। ਮੈਂ ਕਹਾਂਗਾ ਓਨਰੇਬਲ ਮਾਨਯੋਗ ਹਾਈ ਕੋਰਟ ਨੂੰ ਵੀ ਸੂ ਮੋਟੋ ਨੋਟਿਸ ਲੈ ਕੇ ਇਹਨਾਂ ਪੰਚਾਇਤਾਂ ਨੂੰ ਭੰਗ ਕਰਨਾ ਚਾਹੀਦਾ, ਸਟੇਅ ਕਰਨਾ ਚਾਹੀਦਾ। ਜਿਹੜੀਆਂ ਇਹੀ ਪ੍ਰਕਿਰਿਆ ਜਿਹੜੀ ਸ਼ੁਰੂ ਹੋ ਰਹੀ ਆ ਇਹ ਬੜੀ ਮਾੜੀ ਆ। ਅਸੀਂ ਚੋਣ ਕਮਿਸ਼ਨ ਦੀ ਵੀ ਲੇਬਰ ਪਾਰਟੀ ਵੱਲੋਂ ਮੈਂ ਨਿੰਦਿਆ ਕਰਦਾ ਵੀ ਇਹ ਗਲਤ ਆ ਅਤੇ ਉਹਨਾਂ ਨੂੰ ਵੀ ਐਕਟਿਵ ਹੋ ਕੇ ਇਹ ਚੀਜ਼ਾਂ ਨੂੰ ਜਿਹੜੀਆਂ ਬੁਰਾਈ ਖਬਰੇ ਜੋ ਆਪਕੋ ਸਿੱਧੇ ਜੋੜਤੀ ਹੈ ਹਮਸੇ, ਜਿਨਕਾ ਆਪਕੀ ਜ਼ਿੰਦਗੀ ਪਰ ਹੋਤਾ ਹੈ ਸਿੱਧਾ ਅਸਰ। ਖਬਰੋਂ ਕੀ ਵਹੀ ਤਸਵੀਰ, ਬਿਨਾ ਬਦਲੇ ਬਿਨਾ ਡਰੇ, ਸੱਚ ਕਾ ਜਜ਼ਬਾ ਲੀਏ,
सच दिखाते हैं हम। अब उपलब्ध है 1100 प्लस डिजिटल केबल नेटवर्क पर एन एंड्रॉइड बेस्ड डीटीएच स्मार्ट सेटअप बॉक्स सभी ओटीटी प्लेटफॉर्म 24 घंटे लाइव देखे हमारे सोशल मीडिया पेजेस पर।